पानी रे पानी तेरा रंग कैसा पेग जैसा। आ देखो जी लगातार पानी पी भी जाते सवेर का ठंडा ठंडा पानी की करिए गर्मी इन्नी है दो दो पक्के चलते पे अजे भी इन्नी गर्मी लगती पी है। वाह जी वाह गर्मी जी गर्मी। हाँ जी बापा जी तानू की लग रहा अज पानी रे पानी तेरा रंग कैसा पेग जैसा। वाह जी वाह पानी भी पेग वांगू पींदे ले भाई। हाँ जी गन्नी तू की करदा पानी पी रहे ठंडा ठंडा कूल कूल। वाह जी वाह साडा भी पानी तैयार है जी ते पानी पी पी के गर्मी असी हंडा रहे हैं ते बापू जी एसी ले आओ यार बोले आओ चल गए जाओ चलो उठे जल्दी हैं पहले पता कर दिया हैं केड़ा बढ़िया है केड़ी केड़ी कंपनी मजाक के सच्ची कहने में ओ सच्ची कहंदा पिया वहां सानू गर्मी लगदी गर्मी ता पक्का कहंदे पे पक्का पक्का ना किथे है नहीं तो फिर चलो ना फिर देखदे की हो जाके पता करदे हैं चल के देख लो लवाना किथे है इथे इथे लग जाना आ देखो इधर इथे ना ओते जगह बड़ी पई है नहीं इधर नहीं वधिया लगना इधर ही वधिया लगना चलो फिर तक पहले पता करके ही केड़ी कंपनी दा ज्यादा वधिया मिलदा के नहीं बिठा दे ਧੁੱਪ ਕਿੰਨੀ ਆ ਆਪਾਂ ਬਾਹਰ ਉਹ ਧੁੱਪ ਦਾ ਹੀ ਤੇ ਇਲਾਜ ਕਰਨ ਵਾਸਤੇ ਚੱਲੇ ਆ ਧੁੱਪੇ 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 ਧੁੱਪ ਦਾ ਇਲਾਜ ਕਰਨ ਚੱਲੇ ਆ ਤੇ ਜੈਕੀ ਵੀ ਦੇਖੋ ਜੀ ਘੁੰਮਣ ਲੱਗਾ ਆ ਚਲੋ ਕਿਉਂਕਿ ਇੰਨੇ ਰਹਿਣਾ ਅੰਦਰ ਤੇ ਪਹਿਲਾਂ ਇਹਨੂੰ ਫਰੈਸ਼ ਕਰਾਇਆ ਜਾਏ ਆ ਜਾ ਜੈਕੀ ਛੇਤੀ ਛੇਤੀ ਮੈਂ ਵੀ ਬੂਟ ਕੱਸ ਲਵਾਂ ਤੇ ਕਾਰ ਤੋਂ ਲਾਵਾਂ ਪਹਿਲਾਂ ਕੱਪੜਾ ਕਾਰ ਵੀ ਤੱਤੀ ਹੋਈ ਹੋਣੀ ਹਾਂ ਇਹਦਾ ਕਵਰ ਹੀ ਕਿੰਨਾ ਗਰਮ ਹੋਇਆ ਪਿਆ ਗਿੱਲੀ ਤਾਂ ਨਹੀਂ ਕਰਨੀ ਕਾਰ ਗਿੱਲੀ ਆਹੋ ਨਹੀਂ ਲੋੜ ਨਹੀਂ ਆਪਣੇ ਆਪ ਤੇ ਚਲਾਣਾ ਇਸ ਨੂੰ ਸਹੀ ਹੋ ਰਿਹਾ ਥਾਮੀ ਆ ਜਾ ਆ ਦੇਖੋ ਜੀ ਸਾਡਾ ਜੈਕੀ ਥੱਲੇ ਪਾਪਾ ਜੈਕੀ ਯਾਰ ਓ ਜੈਕੀ ਆ ਲੈ ਜਾ ਜਿੱਧਰ ਗੰਨੀ ਆ अंदर रख दिए पहला कार दी चाबी किथे है अंदर ही है तेरी पैंट होगी गंदी किथे गंदी होगी मिट्टी लगी हुई है तिरपाल ते जैकू चलो जी अंदर लो जी इन्हू हुण असीं अंदर लैके जावांगे अंदर जैकी बाहर धोपा पुत अंदर चल विश्राम विश्राम करेगा रेडी ते मैं कार एसी चला के ठंडी कर दूं तक बहुत गर्म हुई पी अंदरों दी सेका ही सेका पूरी कार तपदी पई है लो जी बापू जी भी बैठन लगे जी गड्डी ते जा रहे हैं असी एसी वास्ते
ਲੋ ਜੀ ਬਾਪੂ ਜੀ ਬਹਿ ਗਏ ਗੱਡੀ 'ਚ ਤੇ ਮਾਤਾ ਓ ਰਹੀ ਸਮਾਈਲਾ ਦੇ ਰਹੀ ਹੈ ਹੈ ਆਹ ਦੇਖੋ ਜੀ ਲੋ ਜੀ ਆਪਾਂ ਚੱਲੇ ਹਾਂ ਜੀ ਏਸੀ ਲੈਣ ਲਈ ਬਹੁਤ ਹੀ ਫੁਰਤੀ ਮਾਰੀ ਸਾਰਿਆਂ ਨੇ ਜਦੋਂ ਪਤਾ ਲੱਗਾ ਕਿ ਏਸੀ ਲੈਣ ਚੱਲੇ ਹਾਂ ਸਾਰੇ ਹੀ ਦਵਾ ਦਵ ਤਿਆਰ ਹੋ ਗਏ ਪਾਪਾ ਜੀ ਪੱਕਾ ਵਾ ਏਸੀ ਅੱਜ ਪੱਕਾ ਆਪਾਂ ਲੈ ਕੇ ਆ ਜਾਣਾ ਵਾ ਫਿਟਿੰਗ ਤੋਂ ਨਾਲ ਗੱਲ ਕਰਨੀ ਹੈ ਪੱਕਾ ਗੱਲ ਫਿਟਿੰਗ ਹੋ ਜੂਗੀ ਪੱਕਾ ਗੱਲ ਫਿਟਿੰਗ ਹੋਣੀ ਹੈ ਲੈ ਬਈ ਗੰਨੀ ਵੀ ਬਹਿ ਗਿਆ ਬੱਲੇ ਬੱਲੇ ਚਲੋ ਜੀ ਚਲਿਏ ਮਾਤਾ ਜੀ ਚਲਿਏ ਚਲੋ ਜਲਦੀ ਬਈ ਗਰਮੀ ਵਾਕਈ ਬੜੀ ਹੈ ਚਲਿਏ ਚਲੋ ਅੱਜ ਕਿੰਨਾ ਟੈਂਪਰੇਚਰ ਹੈ ਪਾਪਾ ਇਹ ਹੁਣ ਐਸੋ 47 ਹੈ 47 ਟੈਂਪਰੇਚਰ ਚੱਲ ਰਿਹਾ ਜੀ ਕਾਰ ਵੀ ਇਸ ਟਾਈਮ ਤੱਤੀ ਹੋਈ ਵੀ ਹੈ ਚਲੋ ਚਲਿਏ ਲੋ ਜੀ ਕਾਰ ਚਲਾਉਣ ਵਾਲੇ ਆ ਗਏ ਨੇ ਤੇ ਹੁਣ ਪਾਣਗੇ ਗੇਅਰ ਤੇ ਚੱਲਾਂਗੇ ਆਪਾਂ ਏਸੀ ਦੇਖਣ ਮੈਂ ਸਮਝਿਆ ਕਿ ਆਪਾਂ ਹੁਣ ਪਾਣਗੇ ਗਿੱਦਾ ਪਾਪਾ ਕਹਿੰਦੇ ਹੁਣ ਪਾਣਗੇ ਗਿੱਦਾ ਪਾਣੀ ਦੇ ਕੇ ਸਾਫ਼ ਕਰਦੇ ਪਿਆ ਜੀ ਸ਼ੀਸ਼ੇ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾ ਸਤਿ ਸ੍ਰੀ ਅਕਾਲ ਗਰਮੀ ਬਹੁਤ ਲੱਗਦੀ ਪਈ ਗਰਮੀ ਬਹੁਤ ਹੈ ਕੱਪੜੇ ਕੋਠੇ ਰਹਿ ਗਏ ਤੁਹਾਡੇ ਕੱਪੜੇ ਕੋਠੇ ਰਹਿ ਗਏ 47 ਡਿਗਰੀ ਟੈਂਪਰੇਚਰ ਹੈ ਸੜਨਾ ਜਾਣ ਕਿਤੇ ਹੈ ਸੜਦੇ ਤੇ ਨਹੀਂ ਸੁੱਕ ਸੱਕ ਜਾਣ ਕੇ ਚੰਗੀ ਤਰ੍ਹਾਂ ਹੋਰ ਕੀ ਚਲੋ ਅਭੀ ਵਧੀਆ ਤੇ ਸਾਹਮਣਾ ਵਿਊ ਹੋ ਗਿਆ ਆ ਜੀ ਬੜਾ ਸੋਹਣਾ ਮੰਨੀ ਜਾਣਾ ਕਿੱਥੇ ਆਪਾਂ ਏਸੀ ਲੈਣ ਲਈ ਇਹ ਜਾਣਾ ਜੀ ਬੰਦੇ ਨਾਲ ਗੱਲ ਹੋਈ ਹੈ ਡਿਸਕਾਊਂਟ ਲਾ ਰਿਹਾ ਸੰਜੇ ਗਾਂਧੀ ਮਾਰਕੀਟ ਆ ਅੱਛਾ ਬੀਐਮਸੀ ਚੌਂਕ ਦੇ ਕੋਲ ਇੱਥੇ ਦੇਖ ਲਈ ਸਾਰੇ ਬਾਈ ਸੋਤੇ ਜਾ ਕੇ ਕਰਾਂਗੇ ਦੇਖਦੇ ਬਾਕੀ ਕੀ ਬਣਦਾ ਬਾਬਾ ਬੂਟੇ ਦੇਖੋ ਕਿੰਨੇ ਸੋਹਣੇ ਆ ਨਾ ਪੇੜ ਬਣ ਗਏ ਹੁਣ ਕਿੰਨੇ ਵਧੀਆ ਜਿਹੜੇ ਪੁਰਾਣੇ ਆ ਜਿਸ ਟਾਈਮ ਪਹਿਲੇ ਵੀ ਇਹਨਾਂ ਨੇ ਨਾ ਬੂਟੇ ਵਿੱਚ ਵਿੱਚ ਲਾਏ ਸੀਗੇ ਸੋਹਣੇ ਸੋਹਣੇ ਪੇੜ ਬਣ ਗਏ ਹੋਏ ਆ ਸਾਲ ਡੇਢ 'ਚ ਗ੍ਰੀਨਰੀ ਨਾਲ ਹੀ ਆ ਜੀਵਨ ਰੈੱਡ ਲਾਈਟ ਅਸੀਂ ਨਹੀਂ ਪਾਰ ਕਰਦੇ ਅਸੀਂ ਚੰਗੇ ਬੱਚੇ ਜਾਣਗੇ ਜੇ ਬਾਈ ਉਹਨਾਂ ਦਾ ਪਾਰ ਕਰਦੇ ਬੀਐਮਸੀ ਚੌਂਕ ਦੇ ਲਾਗੇ ਆ ਗਏ ਆ ਇਸ ਟਾਈਮ ਬੱਸ ਸਟੈਂਡ ਦੇ ਕੋਲ ਆ ਉਸ ਤੋਂ ਬਾਅਦ ਆਉਂਦਾ ਜੀ ਬੀਐਮਸੀ ਚੌਂਕ ਉਹ ਮਾਰਕੀਟ 'ਚ ਜਿਹੜੀ ਇੱਧਰ ਹੈ ਜਿਹੜੀ ਟੇਟੀ ਟੇਟੀ ਮਾਰਕੀਟ ਇੱਧਰ ਦੇ ਆਉਣ ਵੀ ਹੁਣ ਲੱਗ ਵਿੱਚੋਂ ਇੱਕ ਦੁਕਾਨ ਹੈਗੀ ਹੈ ਨਾ ਛੱਤੀ ਗਲੀ ਦੇ ਉਹ ਨਾਮ ਨਹੀਂ ਦੱਸਿਆ ਦੁਕਾਨ ਦਾ ਉਹਨੇ ਸਰਦਾਰ ਕਰਕੇ ਕੁਛ ਕਰ ਲਿਆ ਸੀ ਸਰਦਾਰ ਕਿੱਥੇ ਮੈਨੂੰ ਤਾਂ ਇਹ ਨਹੀਂ ਲੱਭਿਆ ਨਾ ਅੱਛਾ ਉਹ ਸਾਹਮਣੇ ਲਿਖਿਆ ਹੋਇਆ ਸਰਦਾਰ ਬਰੈਂਡਿੰਗ ਅੱਛਾ ਇੱਥੇ ਹੈ ਇੱਥੇ ਲਾ ਦਈਏ ਗੱਡੀ ਕਿ ਅੰਦਰ ਅੰਦਰ ਸੇਫ ਜਗ੍ਹਾ ਹੀ ਲਾਈਏ ਆਟੋ ਵਾੜੇ ਹੋਇਆ ਜਦ ਗੱਡੀ ਨੂੰ ਵਾੜੇ ਆਹ ਉਹ ਸ਼ੀਸ਼ਾ ਖੋਲ੍ਹਿਓ ਇੱਧਰ ਆਉਣਾ ਤੁਸੀਂ ਬਾਹਰ ਜੀ ਚਲਦੇ ਹਾਂ ਜੀ ਅੰਦਰ ਰੋਹਨ ਭਾਅ ਜੀ ਨੂੰ ਅਤੇ ਸਰਦਾਰ ਜੀ ਨੂੰ ਮਿਲਦੇ ਹਾਂ ਅਤੇ ਬਾਕੀ ਅਸੀਂ ਹੁਣ ਏ ਸੀ ਦੀ ਖਰੀਦਦਾਰੀ ਕਰਦੇ ਹਾਂ ਤਾਂ ਫਿਰ ਦੇਖਦੇ ਹਾਂ ਕੀ ਬਣਦਾ ਆ ਜਾਓ ਅੱਛਾ ਆਪਣੇ ਬੜਾਲਾ ਚੌਂਕ ਹੀ ਹੈ ਬੜਾਲਾ ਚੌਂਕ ਹਾਂ ਜੀ ਹਾਂ ਜੀ ਓਕੇ ਓਕੇ ਮੈਂ ਤੁਹਾਡੇ ਨਾਲ ਬਹੁਤ ਕੰਮ ਕਰਾਏ ਹੋਏ ਨੇ ਹਾਂ ਜੀ ਹਾਂ ਜੀ
ਪਾਣੀ ਪੜੇ ਏਸੀ ਸਾਰੇ ਨਹੀਂ ਏਸੀ ਸਾਰੇ ਮਿਲ ਜਾਂਦੇ ਆਪਣੇ ਸਾਰੇ ਬ੍ਰਾਂਡ ਹੈਗੇ ਓਕੇ ਲਰਡ ਦਾ ਆਈਐਫਬੀ ਹੈਗਾ ਓਕੇ ਐਲਜੀ ਬਲੂਸ ਦਾ ਕੈਰੀਅਰ ਸਾਰੇ ਮਿਲ ਜਾਂਦੇ ਸਾਰੀ ਵੈਰਾਈਟੀ ਲੱਗੀ ਸਾਰੇ ਰੱਖੇ ਹੋਏ ਐਲਜੀ ਦੀ ਫੁੱਲ ਰੇਂਜ ਹੈਗੀ ਆਪਣੇ ਕੋਲ ਓਕੇ ਬਲੂਸ ਦਾ ਦੀ ਫੁੱਲ ਰੇਂਜ ਹੋਣੀ ਚਾਹੀਦੀ ਕੈਰੀਅਰ ਦੀ ਹੈ ਡਾਈਕਰ ਦੀ ਹੈ ਬੋਲਟ ਦਾ ਫਿਡਾਚੀ अपने फुल रेंज मिल जाएगी लॉयड के सारे है एल जी मिल जाएंगे आई एफ बी फुल रेंज हैगी पैनासोनिक रेफ है आई एफ बी की नवी लॉन्चिंग हुई है रेफ की सारे आई एफ बी दे ना एक सारे ना बेस्ट कंपनी आई एफ बी है ते उस कंपनी दे सारे फ्रिज इत्थे लगे हुए है डबल डोर वाले भी है जी पापा नूं ए वाला पसंद आया केड़ा ए वाला ओपन करके देखते ओपन करके देखो जी कितना वधिया है खुली डुली स्पेस है सारी चीज है अच्छा फ्रिज रखने वाले बर्फ आइस बॉक्स है ना मम्मी तुसी भी देखो जरा तुहानू वधिया लगदा मम्मी नू वधिया लग गया ना मम्मी नू कहणा मैनू फ्रिज लै दे ए ए बंद नहीं हो रहा इत्थे ऊपर थोड़ा जा आपां इत्थे ही करते हैं ए ए जमाना खोल के बैठ गया सी बर्बाद हो गया सी ग्रेट चलती पी है चमक रही है वाह जी वाह ਭਾਜੀ ਕਿਹੜੀ ਰੇਂਜ ਤੋਂ ਸਟਾਰਟ ਹੋ ਜਾਂਦੀ ਹੈ ਇਹ ਆਪਣੀ 6 ਕਿਲੋ ਤੋਂ ਲੈ ਕੇ 10 ਕਿਲੋ ਤੱਕ ਸਾਰੀਆਂ ਆ ਜਾਂਦੀਆਂ ਓਕੇ ਤੇ ਰੇਂਜ ਕਹਿ ਲਈਏ ਤੇ ਅਰਾਊਂਡ 26-27000 ਤੋਂ ਸ਼ੁਰੂ ਹੋ ਜਾਂਦੀ 26-27000 ਹਾਂਜੀ ਇਹ ਫਰੰਟ ਲੋਡ ਹੈ ਇੱਕ ਆਫ ਲੋਡ ਆ ਜਾਂਦੀਆਂ ਇਹ ਟੌਪ ਲੋਡ ਓਕੇ 19-20000 ਤੋਂ ਸ਼ੁਰੂ ਹੋ ਜਾਂਦੀ ਓਕੇ 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 ਵਾਹ ਜੀ ਵਾਹ ਵਿੱਚ ਸਪੇਸ ਵੀ ਬੜੀ ਜ਼ਿਆਦਾ ਹੈਗੀ ਆ ਦੇਖ ਖੁੱਲੀ ਡੁੱਲੀ ਸਪੇਸ ਹੈ ਨਾ बट आप एसी के फाइनल कर रहे हैं देखियो एसी लॉयड का हरी भाजी लॉयड का एसी दिखाओ जरा अच्छा जी ये भाजी किन्ने हैगा हॉट एंड कोल्ड ओके 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 ਭਾਜੀ ਇਹਦੇ ਵਿੱਚ ਲੋਇਡ ਦਾ ਜਿਹੜਾ ਏਸੀ ਹੈ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਭਾਜੀ ਜਿੱਦਾਂ ਆਪਣੇ ਕੋਲ ਆ ਜਾਂਦਾ ਕਿ ਇਹ ਆਲ ਸੀਜ਼ਨ ਵੈਦਰ ਬਣਾ ਦਿੰਦਾ ਹੈ ਕਿ ਇਹਦੇ ਵਿੱਚ ਸਾਨੂੰ ਹੌਟ ਐਂਡ ਕੂਲ ਦੋਨੇ ਫੀਚਰ ਮਿਲ ਜਾਂਦੇ ਆ ਓਕੇ ਤੇ ਤੁਸੀਂ ਆਪਣਾ ਕੀ ਕਹਿੰਦੇ ਸਮਰ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਵਿੰਟਰ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਮਤਲਬ ਕਿ ਗਰਮੀਆਂ ਦੇ ਵਿੱਚ ਠੰਡ ਤੇ ਸਰਦੀਆਂ ਚ ਗਰਮੀ ਮਿਲੇਗੀ ਤੁਹਾਨੂੰ ਇਹਦੇ ਵਿੱਚ ਇਹ ਹੈ ਕਿ ਤੁਹਾਨੂੰ ਮਾਈਨਸ ਟੈਂਪਰੇਚਰ ਤੱਕ ਵੀ ਜਿਹੜਾ ਮਾਈਨਸ 4 ਡਿਗਰੀ ਦੇ ਟੈਂਪਰੇਚਰ ਤੱਕ ਵੀ ਤੁਹਾਡਾ ਏਸੀ ਵਰਕ ਕਰੇਗਾ ਓਕੇ ਓਕੇ ਠੀਕ ਹੈ ਸਰ ਇਹ ਚੀਜ਼ ਆ ਜਾਂਦੀ ਹੈ ਪਲੱਸ ਇਹ 52 ਡਿਗਰੀ ਤੱਕ ਵੀ ਕਟ ਆਫ ਨਹੀਂ ਕਰਦਾ ਜੇ ਬਾਹਰਲਾ ਟੈਂਪਰੇਚਰ ਸਪੋਜ਼ ਤੁਹਾਡਾ 52 ਡਿਗਰੀ ਹੈ ਤਾਂ ਵੀ ਤੁਹਾਡਾ ਏਸੀ ਜਿਹੜਾ ਵਰਕ ਕਰੇਗਾ ਇਹ ਕਟ ਆਫ ਨਹੀਂ ਕਰੇਗਾ ਤੁਹਾਡਾ ਏਸੀ ਪਲੱਸ ਇਹਦੇ ਨਾਲ ਸਮਾਰਟ 4-way ਸਵਿੰਗਸ ਆ ਜਾਂਦੀਆਂ ਅੱਛਾ 4-way ਸਵਿੰਗ ਇਦਾਂ ਹੁੰਦਾ ਹੈ ਕਿ ਜਿੱਦਾਂ ਇੱਕ ਤਾਂ ਸਟ੍ਰੇਟ ਫਾਰਵਰਡ ਕੂਲਿੰਗ ਕਰਦੇ ਆ ਪਲੱਸ ਰਾਈਟ ਲੈਫਟ ਵੀ ਕੂਲਿੰਗ ਕਰਨਗੇ ਓਕੇ ਮਤਲਬ ਕਿ ਉੱਪਰ ਥੱਲੇ ਸੱਜੇ ਖੱਬੇ ਚਾਰੋਂ ਪਾਸੇ ਕੂਲਿੰਗ ਕਰਨਗੇ
ਉਸ ਤੋਂ ਬਾਅਦ ਇਹਦੀ ਵਾਰੰਟੀ ਦੀ ਜੇ ਆਪਾਂ ਗੱਲ ਕਰੀਏ ਤਾਂ 5 ਇਅਰ ਫੁੱਲ ਦੀ ਵਾਰੰਟੀ ਆ ਜਾਂਦੀ ਹੈ। 5 ਇਅਰ 'ਚ ਕੋਈ ਵੀ ਪਾਰਟਸ ਦੇ ਵਿੱਚ ਤੁਹਾਡੇ ਦਿੱਕਤ ਆਉਂਦੀ ਹੈ ਤਾਂ ਕੰਪਨੀ ਫ੍ਰੀ ਆਫ ਕੋਸਟ ਤੁਹਾਡਾ ਕਲੇਮ ਕਰਦੀ ਹੈ ਅਤੇ 10 ਇਅਰ ਕੰਪਰੈਸਰ ਦੀ ਉੱਪਰ ਵਾਰੰਟੀ ਆ ਜਾਂਦੀ ਹੈ। ਇਹ ਵਾਈਫਾਈ ਕੀ ਲਿਖਿਆ ਹੋਇਆ? ਵਾਈਫਾਈ ਕੰਪੈਕਟੇਬਲ ਹੁੰਦਾ ਸਰ ਕਿ ਜਿੱਦਾਂ ਤੁਸੀਂ ਆਪਣੇ ਏਸੀ ਨੂੰ ਵਾਈਫਾਈ ਦੇ ਨਾਲ ਯੂਜ਼ ਕਰਨਾ ਚਾਹੁੰਦੇ ਹੋ ਕਿ ਤੁਸੀਂ ਕੋਈ ਵੀ ਕਮਾਂਡ ਦਿੰਦੇ ਹੋ ਵਾਈਫਾਈ ਦੇ ਥਰੂ ਤਾਂ ਇਹ ਕਰ ਲੇਗਾ ਅਟੈਚ, ਉਹਦੇ ਨਾਲ ਇੱਕ ਚਿਪ ਲੱਗਦੀ ਹੈ ਵਾਈਫਾਈ ਦੇ ਥਰੂ ਈਜ਼ੀ ਆਪਰੇਟ ਹੋ ਜਾਂਦਾ ਹੈ। ਠੀਕ ਹੈ ਪਾਪਾ ਫਿਰ ਠੀਕ ਹੈ ਲੋਇਡ ਵਾਲਾ ਉਹਨੇ ਠੀਕ ਹੈ ਲੋਇਡ ਠੀਕ ਹੈ ਡਨ ਭਾਜੀ ਲੋਇਡ। ਹਾਂਜੀ ਬਾਪੂ ਜੀ ਕਿੱਦਾਂ ਲੱਗ ਰਿਹਾ ਏਸੀ ਡਨ ਹੋ ਗਿਆ ਲੋਇਡ ਦਾ? ਮਜ਼ਾ ਮਜ਼ੇ ਆ ਰਹੇ ਆ। ਮਾਤਾ ਜੀ ਤੁਸੀਂ ਦੱਸੋ? ਬਹੁਤ ਵਧੀਆ। ਗੰਨੀ ਵਧੀਆ ਲੱਗ ਰਿਹਾ। ਬਸ ਹੁਣ ਠੰਡੀ ਠੰਡੀ ਜਗ੍ਹਾ 'ਚ ਬਹਿਣਾ ਆਪਾਂ। ਕੀ ਨਾਂ ਹੈ? ਬੈਲਾ। ਬੈਲਾ ਦੇਖੋ ਜੀ ਸਾਨੂੰ ਇੱਥੇ ਬੇਲਾ ਮਿਲਿਆ। ਨਾਲ ਹੀ ਰਹਿਣਾ ਹੈ ਨਾ ਇਹਨੇ ਰਹਿਣਾ ਨਾ ਇਹਨੇ ਬੈਲਾ ਬੈਲਾ ਹੈਲੋ ਕਰਦੇ ਮੇਰਾ ਪੁੱਤ ਹੈਲੋ ਕਰਦੇ ਸ਼ੇਕਨ ਨੂੰ ਤੇ ਸ਼ੇਕਨ ਉਹ ਕਨਫਿਊਜ਼ ਹੈ ਅਜੇ ਨਵੀਂ ਲੋਕੇਸ਼ਨ ਤੇ ਆਈ ਹੈ ਸੁੰਗਰੀ ਹੈ ਬੈਲਾ ਦੇਖੋ ਜੀ ਇਹਨੇ ਕਿੰਨੀ ਸੋਹਣੀ ਪੋਨੀ ਕੀਤੀ ਹੋਈ ਹੈ ਆਹ ਦੇਖੋ ਹੈਲੋ ਹੈਲੋ ਚੱਕੀ 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 ਬਸ ਬਸ ਹੈਲੋ ਸ਼ਕਲ ਤਾਂ ਦਿਖਾ ਦੇ ਹੈਲੋ ਬੈਲਾ ਇਹ ਪੋਨੀ ਕਿੰਨੀ ਸੋਹਣੀ ਕੀਤੀ ਦੇਖੀ ਚਲੋ ਚਲੋ ਘੁੰਮੋ 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 ਇੱਥੇ ਕਾਫੀ ਚੀਜ਼ਾਂ ਹੈਗੀਆਂ ਨੇ ਏ ਸੀ ਹੋ ਗਿਆ ਫਰਿੱਜ ਹੋ ਗਿਆ ਹੋਰ ਵੀ ਸਾਹਮਣੇ ਵੱਡੇ ਵੱਡੇ ਫਰਿੱਜ ਵੀ ਲੱਗੇ ਹੋਏ ਆ ਹੈ ਨਾ ਵਾਸ਼ਿੰਗ ਮਸ਼ੀਨ ਵੀ ਹੈਗੀ ਇਹਨਾਂ ਕੋਲ ਮੰਮੀ ਦੇਖਦੇ ਪਏ ਆ ਜੀ ਨਵੀਆਂ ਨਵੀਆਂ ਚੀਜ਼ਾਂ ਫਰਿੱਜ ਹੋ ਗਿਆ ਵਾਸ਼ਿੰਗ ਮਸ਼ੀਨ ਹੋ ਗਈ ਇੱਦਾਂ ਦੀਆਂ ਸਾਰੀਆਂ ਚੀਜ਼ਾਂ ਇੱਥੇ ਮਿਲ ਜਾਣਗੀਆਂ ਤੁਹਾਨੂੰ ਮੰਮੀ ਆਹ ਕਿੱਦਾਂ ਦਾ ਫਰਿੱਜ ਆ ਦੇਖਿਓ ਆਹ ਵਾਲਾ ਖੋਲੇ ਨਹੀਂ ਜ਼ਰਾ ਸਿੰਗਲ ਡੋਰ ਹੈ ਨਾ ਸਿੰਗਲ ਵਧੀਆ ਬਣਿਆ ਹੈ ਵਧੀਆ ਬਣਿਆ ਹੋਇਆ ਹੈ ਨਾ ਥੱਲੋਂ ਥੱਲੋਂ ਤੱਕ ਸਾਰ ਵੱਡਾ ਆ ਉਧਰ ਪਏ ਹੋਏ ਸੀ ਮੈਂ ਉਹ ਦੇਖੇ ਵੱਡੇ ਸਾਈਜ਼ ਉਹ ਪਏ ਵੱਡੇ ਸਾਈਜ਼ ਦੇ ਫਰਿੱਜ ਆਹ ਦੇਖੋ ਕਿੰਨਾ ਵਧੀਆ ਆ ਆਹ ਵਾਲਾ ਅੱਛਾ ਇਹ ਨੀਚੋ ਖੁੱਲਦਾ ਆ ਮੈਂ ਉੱਤੋਂ ਲੱਭੀ ਜਾਂਦਾ ਪਿਆ ਸੀ ਮੰਮੀ ਫਰਿੱਜ ਦੇਖਦੇ ਪਏ ਆ ਡਬਲ ਡੋਰ ਵਾਲਾ ਇਹ ਡਬਲ ਡੋਰ ਘੱਟ ਲੱਗ ਰਿਹਾ ਚਾਰ ਡੋਰ ਜ਼ਿਆਦਾ ਇਹਦੇ ਹਾਂ ਜ਼ਿਆਦਾ ਵਧੀਆ ਨਾ ਆਹ ਕਿੰਨਾ ਵੱਡਾ ਅਲਮਾਰੀ ਜਿੰਨਾ ਫਰਿੱਜ ਆ ਦੇਖਿਓ ਖੋਲੇ ਇਹਨੂੰ ਜ਼ਰਾ ਡਬਲ ਡੋਰ ਵਾਲਾ ਫਰਿੱਜ ਹੈ ਕਿੰਨਾ ਵੱਡਾ ਹੀ ਹੋਣਾ ਇਹ ਤਾਂ ਹੁਣ ਆਪਾਂ ਚਲਦੇ ਆ ਭਾਜੀ ਕੋਲ ਜਿੰਨੀ ਕੁ ਕਪੈਸਿਟੀ ਚਾਹੀਦੀ ਆ ਏਰੀਆ ਦੇ ਹਿਸਾਬ ਨਾਲ ਓਨੀ ਬਹੁਤ ਵਧੀਆ ਨਾ ਡੇਢ ਕਿ ਦੋ ਹੈ ਡੇਢ ਟਨ ਹੈ ਬਟ ਜਿਹੜਾ ਬਲੋਰ ਹੈਗਾ ਜਿਹੜਾ ਇਨਡੋਰ ਜਿਹੜਾ ਹੈਗਾ ਅੱਛਾ ਤੇ ਉਹ ਮਤਲਬ ਕਿ 2 ਟਨ ਦਾ ਕੰਮ ਕਰੂਗਾ ਜਿਹਨੂੰ ਕਹਿੰਦੇ ਆ ਨਾ ਕੀ ਹੁੰਦਾ
फ्लो वधिया होंदा होगा मतलब हवा वधिया सट्टू हाँ ये देख लो आज ही तो अंदर भी लगी थी आज ही मैं तो अंदर एसी ला देता देख लो इतना पापा होना चाहिए असी अजय ड्राइंग रूम च बैठ के अजय पापा ने पूछे ही है कि पापा सच्ची कहने सच्ची आ गया आ गया ते नाल ही शुरू हो गया बहुत वधिया जी होना चलिए एक मिनट ਹੁਣ ਸਾਡੀ ਡਿਲੀਵਰੀ ਏਸੀ ਦੀ ਹੋਣੀ ਹੈ ਜੀ 5 ਤੋਂ 6 ਵਜੇ ਸ਼ਾਮ ਨੂੰ ਅੱਛਾ 5 ਤੋਂ 6 ਹਾਂ ਫਿਰ ਅਸੀਂ ਉਹ ਦੱਸਾਂਗੇ ਕਿ ਕਿੱਦਾਂ ਡਿਲੀਵਰੀ ਹੁੰਦੀ ਆ ਸਟੇ ਟਿਊਨ ਰੱਬ ਚਲੋ ਚਲੀਏ ਆਪਾਂ ਨੇ ਏਸੀ ਲੈ ਕੇ ਦਿੱਤਾ ਇਦਾਂ ਦਰਵਾਜ਼ਾ ਅਸੀਂ ਖੋਲ੍ਹਣਾ ਰਿਸਪੈਕਟ ਨਾਲ ਉਹ ਵੀ ਅੱਜ ਦਾ ਦਿਨ ਕੱਲ੍ਹ ਅਸੀਂ ਵੱਡੀ ਐਲਸੀਡੀ ਲੈਣੀ 65 ਇੰਚ ਦੀ ਨਹੀਂ ਪਹਿਲਾਂ ਫ੍ਰਿਜ ਵਧੀਆ ਪਹਿਲਾਂ ਗਰਮੀ ਫ੍ਰਿਜ ਲਾ ਬੰਦ ਏਸੀ 'ਚ ਪਾਪਾ ਨੂੰ ਬਿਠਾ ਦਿੱਤਾ ਹੁਣ ਗਾਲਾਂ ਪੈਣੀਆਂ ਭੱਜ ਜਲਦੀ 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 ਚੱਲੀਏ ਜੀ ਘਰ ਹੁਣ ਵੇਟ ਕਰੀਏ ਹੁਣ ਡਿਲੀਵਰੀ ਦੀ ਤੇ ਫਿਰ ਉਸ ਤੋਂ ਬਾਅਦ ਠੰਡੀ ਠੰਡੀ ਹਵਾ ਰੋਕ ਦੋ ਰੋਕ ਦੋ ਰੋਕ ਦੋ ਮੈਂ ਵੀ ਪੈਣਾ ਏਸੀ ਆਉਣ ਨੂੰ ਥੋੜ੍ਹਾ ਟਾਈਮ ਲੱਗਣਾ ਹਜੇ ਅਤੇ ਸਭ ਨੂੰ ਭੁੱਖ ਲੱਗੀ ਹੋਈ ਹੈ ਅਤੇ ਮੈਂ ਹੁਣ ਕੁਛ ਖਾਣ ਲਈ ਲੈਣ ਚੱਲਾ ਹਾਂ ਚਾਹ ਦਾ ਵੀ ਟਾਈਮ ਹੋਇਆ ਹੋਇਆ ਅਤੇ ਸਭ ਨੇ ਡਿਸਾਈਡ ਕੀਤਾ ਸਮੋਸੇ ਖਾਣੇ ਆ ਅਤੇ ਮੈਂ ਹੁਣ ਨਿਕਲਣ ਲੱਗਾ ਜੀ ਦੇਖਦਾ ਕੀ ਮਿਲਦਾ ਆ ਚੱਲ ਚੱਲ في أكبر